ਜਿਹੜਾ ਸੁਖਬੀਰ ਬਾਦਲ ਪਿਛਲੀ ਵਾਰੀ ਇਹਨਾਂ ਨੂੰ ਨਾਲ ਜਾ ਕੇ ਢੌਂਗਰ ਚਾ ਕੇ ਆਇਆ, ਜੇ ਗੁਰੂ ਹਰਗੋਬਿੰਦ ਸਾਹਿਬ ਦੇ ਤਖ਼ਤ 'ਤੇ ਜਾ ਕੇ ਇਮਾਨਦਾਰੀ ਨਾਲ ਇਹਨੇ ਮਾਫ਼ੀ ਨਹੀਂ ਮੰਗੀ ਤਾਂ ਅੱਜ ਦਾ ਰਿਜ਼ਲਟ ਆਇਆ। ਇੱਕ ਵੱਡਾ ਮਤਾ ਪਾਸ ਕੀਤਾ ਗਿਆ ਜਲੰਧਰ ਵਾਲੀ ਪ੍ਰੈਸ ਕਾਨਫਰੰਸ 'ਚ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਪਣਾ ਅਸਤੀਫਾ ਦੇਣ। ਸਾਡੀਆਂ ਜਥੇਬੰਦੀਆਂ ਤਾਂ ਇਹੀ ਇਹਨਾਂ ਨੂੰ ਪਹਿਲਾਂ ਤੋਂ ਇਮਾਨਦਾਰੀ ਨਾਲ ਇਹ ਗੱਲ ਕਹਿੰਦੀਆਂ ਆਉਂਦੀਆਂ ਨੇ ਵੀ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਕੌਮ ਦੀ ਆਈ ਗਿਰਾਵਟ, ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਦਾ ਜੋ ਤੁਸੀਂ ਘਾਣ ਕੀਤਾ, ਜੋ ਤਖਤਾਂ ਦੇ ਜਥੇਦਾਰਾਂ ਦਾ ਤੁਸੀਂ ਅਪਮਾਨ ਕੀਤਾ ਤੁਹਾਡੇ ਰਾਜ ਭਾਗ ਦੇ ਹੁੰਦਿਆਂ, ਜੋ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਰਖੇਲ ਬਣਾਇਆ, ਇਸ ਕਰਕੇ ਤੁਹਾਡਾ ਕੱਖ ਨਹੀਂ ਰਹਿਣਾ, ਤੁਸੀਂ ਉੱਜੜ ਜਾਣਾ। ਜਿਹੜਾ ਉੱਥੇ ਪ੍ਰੈਸ ਨੋਟ ਆਉਂਦਾ ਉਹਦੇ 'ਚ ਕਹਿ ਰਹੇ ਨੇ ਜੀ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਚ ਸਾਰਿਆਂ ਨੇ ਵਿਸ਼ਵਾਸ ਪ੍ਰਗਟ ਕੀਤਾ, ਉੱਥੋਂ ਇਹਨਾਂ ਨੇ ਦੇਖਿਆ ਵੀ ਇਹ ਤਾਂ ਸਾਡੇ ਅੱਖਾਂ 'ਚ ਘੱਟਾ ਪਾਉਂਦਾ ਸੁਖਬੀਰ, ਸਾਡੇ 'ਤੇ ਖਾਮ ਖਾਦਾ ਹੀ ਸਾਡੇ 'ਤੇ ਚੜ੍ਹਿਆ ਫਿਰਦਾ। ਜਿਹੜਾ ਅੱਜ ਕਹਿ ਰਿਹਾ ਦਲਜੀਤ ਚੀਮਾ ਵੀ ਜੀ ਪਾਰਟੀ 'ਚ ਰੱਖਦੇ ਇਹ ਜਿਹੜੀ ਕੋਈ ਗੱਲ ਸੀ, ਪਾਰਟੀ ਤੁਸੀਂ ਰੱਖਣ ਦਿੰਦੇ ਨਹੀਂ, ਤੁਸੀਂ ਤਾਂ ਪ੍ਰੈਸ ਨੋਟ ਹੋਰ ਜਾਰੀ ਕਰੀਆ, ਅੰਦਰ ਗੱਲਾਂ ਕੁਛ ਹੋਰ ਹੁੰਦੀਆਂ। ਮੈਂ ਤਾਂ ਪਹਿਲਾਂ ਕਹਿੰਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਿਆ ਤੁਸੀਂ, ਬਾਦਲ ਦਾ ਟੱਬਰ ਰਹਿ ਗਿਆ, ਬਾਦਲ ਦੇ ਟੱਬਰ ਤੋਂ ਵੀ ਹੁਣ ਤਾਂ ਤੁਸੀਂ ਹੋਰ ਤਰਾਸ ਕੇ ਤੁਹਾਡਾ ਜਮਾਈ ਭਾਈ ਪਹਿਲਾਂ ਕੱਢ ਲਿਆ, ਉਹ ਤੋਂ ਗਾਹਾਂ ਬਿਕਰਮ ਤੇਰੇ ਨਾਲ ਬੈਠਣ ਨੂੰ ਤਿਆਰ ਨਹੀਂ ਤੇਰਾ ਸਾਲਾ। ਵੀ ਸੁਖਬੀਰ ਸਿੰਘ ਤੂੰ ਇਕੱਲੇ ਹੀ ਰਹਿ ਗਿਆ, ਬੀਬਾ ਜੀ ਮੈਂਬਰ ਪਾਰਲੀਮੈਂਟ ਬਣ ਕੇ ਦਿੱਲੀ ਚਲੀ ਗਈ, ਹੁਣ ਤੁਸੀਂ ਨਾ ਮੈਂਬਰ ਪਾਰਲੀਮੈਂਟ ਹੋ ਨਾ MLA ਹੋ, ਤੁਸੀਂ ਪਾਸ਼ਚਾਤਾਪ ਗੁਰੂ ਦੇ ਚਰਨਾਂ 'ਚ ਕੀ ਕਰਨਾ ਸੀ, ਤੁਸੀਂ ਜਿਹੜਾ ਹਾਲੇ ਵੀ ਗਰਦਨ 'ਚੋਂ ਕੀਲਾ ਨਹੀਂ ਕੱਢਦਾ। ਜਿਹੜਾ ਸੁਖਬੀਰ ਨੂੰ ਭੁਲੇਖਾ ਨਾ ਵੀ ਤਖਤਾਂ ਦੇ ਜਥੇਦਾਰ ਮੇਰੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਆ, ਗੁਰੂ ਘਰ ਸਾਡੇ ਕਬਜ਼ੇ 'ਚ ਨੇ, ਜਿਹੜੇ ਭੁਲੇਖੇ 'ਚ ਉਹ ਗੱਲਾਂ ਕਰਦਾ ਅੱਜ ਤੱਕ, ਜਿੰਨੇ ਵੀ ਲੀਡਰਾਂ ਨੂੰ ਉਹਨੇ ਬਾਹਰ ਕੱਢਿਆ ਇਸੇ ਭੁਲੇਖੇ 'ਚ ਕੱਢਿਆ ਵੀ ਸਾਡੇ ਕੋਲ ਤਾਂ ਡਾਰ ਵੱਡੀ ਹੈ। ਤੁਸੀਂ ਇੰਨਾ ਦਾ ਯਾਦ ਕਰ ਲਓ, ਜੇ ਡਾਰਾਂ ਤੁਹਾਡੇ ਨਾਲ ਹੁੰਦੀਆਂ ਤੁਹਾਡੀਆਂ ਜਵਾਨ ਤੱਕ ਜਬਤ ਹੁੰਦੀਆਂ। ਦਲਜੀਤ ਸਿੰਘ ਚੀਮਾ ਦੇ ਰੁੱਖ ਜਿਹੜੇ ਲੱਗੇ ਉਹ ਵੀ ਤਿੱਖੇ ਲੱਗੇ, ਉਹਨਾਂ ਨੇ ਕਿਹਾ ਕਿ ਜਿਹੜੇ ਮੀਟਿੰਗਾਂ ਐਵੇਂ ਕਰਦੇ ਨੇ ਉਹ ਗੱਲ ਜਾਇਜ਼ ਨਹੀਂ ਹੈਗੀ, ਉਹ ਨਜਾਇਜ਼ ਆ। ਦਲਜੀਤ ਚੀਮਾ ਕਹਿੰਦਾ ਹੋਵੇ ਹੁਣ ਮੈਂ ਸੀਨੀਅਰ ਬਣ ਗਿਆ ਵੀ ਇਹਨਾਂ ਨੂੰ ਛੇਤੀ ਕੱਢਦੇ ਆ, ਉਹ ਤਾਂ ਫਿਰਦਾ ਚੱਕੀ ਨਾ, ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਫਟਾਫਟ ਸਫਾਈ ਕਰੋ, ਬੜਾ ਰੜਕਾ ਲੈ ਲਓ ਜਿਹੜਾ ਖੜਕ ਹੀ ਫਿਰਦਾ, ਉਹਦਾ ਚੀਮਾ ਉਹਨੇ ਤਾਂ ਬੜਾ ਰੜਕਾ ਚੱਕੀ ਫਿਰਦੇ ਨੇ ਵੀ ਕਿੱਥੇ ਚੰਦੂ ਬਾਜਰੇ ਉਹਨਾਂ ਦਾ ਕੱਦ ਸੀ, ਢੀਡਸਿਆਂ ਦਾ ਕੱਦ ਸੀ, ਉੱਥੇ ਚੀਮੇ ਨੂੰ ਲੋਕ PA ਹੀ ਮੰਨਦੇ ਤੇ ਵੀ ਇਹ ਤਾਂ ਬੜੇ ਬਾਦਲ ਦਾ PA ਹੈ, ਤਾਂ ਪਤਾ ਹੀ ਲੋਕਾਂ ਨੂੰ ਵੀ ਇਹ ਮੰਤਰੀ ਵੀ ਰਿਹਾ। ਇਸ ਕਰਕੇ PA ਸਾਹਿਬ ਦੀ ਤਰੱਕੀ ਹੋ ਗਈ ਆ, PA ਸਾਹਿਬ ਤੈਨੂੰ ਵਧਾਈ, ਤੈਨੂੰ ਚੰਦੂ ਬਾਜਰੇ ਵਾਲੀ ਢੀਡਸੇ ਵਾਲੀ ਕੁਰਸੀ 'ਤੇ ਸੁਖਬੀਰ ਨੇ ਬਰਾਬਰ ਬਿਠਾ ਲਿਆ। ਚਰਨਜੀਤ ਬਰਾੜ ਮੇਰੇ ਨਾਲ ਡਿਬੇਟ 'ਤੇ ਬਹਿੰਦਾ ਰਿਹਾ, ਜਦ ਐਂ ਟੱਪਦਾ ਹੁੰਦਾ ਜਦ ਮੈਂ ਸੱਚੀਆਂ ਗੱਲਾਂ ਕਹਿੰਦਾ ਸੀ, ਹੁਣ ਚਰਨਜੀਤ ਸਿੰਘ ਵਾਰੀ ਆ ਗਈ ਤੇਰੀ, ਅਸੀਂ ਹੁਣ ਵੀ ਤੈਨੂੰ ਕਹਿੰਦੇ ਹਾਂ ਜੇ ਇਮਾਨਦਾਰੀ ਨਾਲ ਪੰਥ ਧਰਤੀ ਬਣਨਾ ਚਾਹੁੰਦਾ ਤਾਂ ਬੱਬਰ ਸ਼ੇਰ ਬਣ ਕੇ ਸੱਚੀ ਗੱਲ ਦੱਸ ਵੀ ਸਰਸੇ ਵਾਲੇ ਦੀ ਵਿਚੋਲਗੀ ਕਿਹਨੇ ਕਰੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਸਰੂਪ ਪਾੜ ਕੇ ਸਿੱਟੇ ਨੇ ਉਹ ਪੋਸਟਰ ਕਿਹਨੇ ਲਵਾਏ, ਜਦੋਂ ਇਹ ਫਿਲਮ ਚਲਾਉਂਦੇ ਤੇ ਸਰਸੇ ਵਾਲਿਆਂ ਦੀ ਪੁਲਿਸ ਕਿਹਦੇ ਹੁਕਮ ਨਾਲ ਲੱਗਦੀ ਰਹੀ, ਓਏ ਆਹ ਕਰ ਖਲਾਸਾ ਐਵੇਂ ਡਿੰਪੀ ਡਿੰਪੀ ਠਿੰਪੀ ਅੱਧੇ ਨੌਂ ਵਾਲਿਆਂ ਨੂੰ ਜਵਾਕਾਂ ਵਾਲੇ ਨੌਂ ਵਾਲਿਆਂ ਨੂੰ ਝਮਲਾਈ ਜਾਂਦਾ, ਇੱਧਰ ਆ ਤੈਨੂੰ ਪੰਥ ਦਰਦੀ ਮੰਨੀ ਹੈ, ਹਾਲੇ ਮੈਂ ਨਹੀਂ ਮੰਨਦਾ। ਸੈਂਟਰਲ ਪੰਜਾਬ TV 'ਤੇ ਤੁਹਾਡਾ ਸਵਾਗਤ ਹੈ, ਮੈਂ ਅਮਨਦੀਪ ਸਿੰਘ ਮਾਝਾ।
ਮੈਂਬਰ ਪਾਰਲੀਮੈਂਟ ਵੋਟਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ ਸਾਹਮਣੇ ਆ ਰਹੀ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਗੁੱਟ ਹੋ ਚੁੱਕੇ ਹਨ। ਲਗਾਤਾਰ ਦੋ ਪ੍ਰੈਸ ਕਾਨਫਰੰਸਾਂ ਕੀਤੀਆਂ, ਇੱਕ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਹੋਈ ਅਤੇ ਦੂਜੀ ਜਲੰਧਰ 'ਚ ਹੋਈ, ਅਤੇ ਉਸ ਵਿੱਚ ਇੱਕ ਵੱਡਾ ਮਤਾ ਪਾਸ ਕੀਤਾ ਗਿਆ ਜਲੰਧਰ ਵਾਲੀ ਪ੍ਰੈਸ ਕਾਨਫਰੰਸ 'ਚ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਪਣਾ ਅਸਤੀਫਾ ਦੇਣ। ਅਤੇ ਦੂਜੇ ਪਾਸੇ ਵੀ ਲਗਾਤਾਰ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਦੀ ਟੀਮ ਵੱਲੋਂ ਮੀਟਿੰਗਾਂ ਜਾਰੀ ਨੇ। ਅਤੇ ਤੁਹਾਨੂੰ ਵੱਡੀ ਇਹ ਜਾਣਕਾਰੀ ਦਿੰਦੇ ਹਾਂ ਕਿ ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ ਯਾਨੀ ਕਿ ਢੀਂਡਸਾ ਪਰਿਵਾਰ ਸਾਰੇ ਇਕੱਠੇ ਹੋਏ ਜਲੰਧਰ 'ਚ, ਉਹਨਾਂ ਨੇ ਮਤਾ ਪਾਸ ਕੀਤਾ। ਅਤੇ ਉਸ ਤੋਂ ਬਾਅਦ ਇਹ ਵੀ ਗੱਲਬਾਤ ਹੋਈ ਕਿ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਾਂਗੇ। ਅਸਤੀਫੇ ਦੀ ਮੰਗ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ। ਅਤੇ ਦੂਜੇ ਪਾਸੇ ਦਲਜੀਤ ਸਿੰਘ ਚੀਮਾ, ਉਹਨਾਂ ਦਾ ਵੀ ਬਿਆਨ ਆਇਆ ਕਿ ਜਿਹੜੇ ਦੂਜੇ ਪਾਸੇ ਮੀਟਿੰਗਾਂ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਮੀਟਿੰਗਾਂ ਕਰ ਰਹੇ ਨੇ ਕਿ ਉਹ ਜਾਇਜ਼ ਨਹੀਂ ਹੈ, ਉਹ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਹੀ ਸਮਝਣ, ਇੱਥੋਂ ਤੱਕ ਦਲਜੀਤ ਸਿੰਘ ਚੀਮਾ ਨੇ ਕਿਹਾ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਮੌਜੂਦ ਨੇ। ਸੌਰੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮਾਝਾ ਸਾਡਾ ਭਰਾ, ਜਿਹੜਾ ਹਰ ਮੁੱਦਾ ਭੱਖ ਦੇ ਮੁੱਦੇ 'ਤੇ ਲਿਆ ਕੇ ਅਕਾਲੀ ਦਲ ਸੁਤੰਤਰ ਵੱਲੋਂ ਸਾਡੇ ਵਿਊ ਲੈਂਦਾ, ਪੁੱਛਣਾ ਚਾਹੁੰਦਾ ਹੈ ਵੀ ਕੀ ਹੋ ਰਿਹਾ, ਉਹਦੇ 'ਤੇ ਤੁਸੀਂ ਮੇਰੇ ਕੋਲ ਆਏ ਹੋ, ਤੁਹਾਨੂੰ ਮੈਂ ਜੀ ਆਇਆਂ ਕਹਿ। ਬਿਲਕੁਲ, ਕਿਵੇਂ ਦੇਖਦੇ ਹੋ ਸਹੌਲੀ ਸਾਹਿਬ, ਜਿਵੇਂ ਦਾ ਘਮਾਸਾਨ ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਬਗਾਵਤ? ਸਭ ਤੋਂ ਪਹਿਲਾਂ ਚਰਨਜੀਤ ਸਿੰਘ ਬਰਾੜ ਲਾਈਵ ਹੋਏ, ਉਹਨਾਂ ਨੇ ਆਪਣੀ ਮਤਲਬ ਭੜਾਸ ਕੱਢੀ, ਇੱਥੋਂ ਤੱਕ ਕਹਿ ਸਕਦੇ ਮਨ ਦੇ ਵਿੱਚ ਗੱਲਾਂ ਸੀ ਉਹ ਬਾਹਰ ਕੀਤੀਆਂ। ਉਸ ਤੋਂ ਬਾਅਦ ਵੱਡੀ ਬਗਾਵਤ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੀਤੀ ਆ, ਜਗੀਰ ਕੌਰ ਨੇ ਕੀਤੀ ਆ ਕਿ ਅਸਤੀਫਾ ਦੇਣ ਸੁਖਬੀਰ ਸਿੰਘ ਬਾਦਲ। ਤੁਸੀਂ ਕਿਵੇਂ ਦੇਖਦੇ ਹੋ ਸਾਰੇ ਮਾਮਲੇ? ਅਸੀਂ ਜਿਹੜਾ ਅੱਜ ਇਹਨਾਂ ਨੇ ਮੁੱਦਾ ਚੱਕਿਆ, ਸਾਡੀਆਂ ਜਥੇਬੰਦੀਆਂ ਤਾਂ ਇਹੀ ਇਹਨਾਂ ਨੂੰ ਪਹਿਲਾਂ ਤੋਂ ਇਮਾਨਦਾਰੀ ਨਾਲ ਇਹ ਗੱਲ ਕਹਿੰਦੀਆਂ ਆਉਂਦੀਆਂ ਨੇ ਵੀ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਕੌਮ ਦੀ ਆਈ ਗਿਰਾਵਟ, ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਦਾ ਜੋ ਤੁਸੀਂ ਘਾਣ ਕੀਤਾ, ਜੋ ਤਖਤਾਂ ਦੇ ਜਥੇਦਾਰਾਂ ਦਾ ਤੁਸੀਂ ਅਪਮਾਨ ਕੀਤਾ ਤੁਹਾਡੇ ਰਾਜ ਭਾਗ ਦੇ ਹੁੰਦਿਆਂ, ਜੋ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਰਖੇਲ ਬਣਾਇਆ, ਇਸ ਕਰਕੇ ਤੁਹਾਡਾ ਕੱਖ ਨਹੀਂ ਰਹਿਣਾ, ਤੁਸੀਂ ਉੱਜੜ ਜਾਣਾ ਹੈ। ਪਰ ਦੇਰ ਆਏ ਦਰੁਸਤ ਵਾਲੀ ਗੱਲ ਕਰੀ ਆ, ਜਿਹੜੇ ਅੱਜ ਵੀ ਬਗਾਵਤ ਕਰਕੇ ਆਏ ਨੇ, ਚਾਹੇ ਢੀਂਡਸਾ ਪਰਿਵਾਰ ਹੋਵੇ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਵੇ, ਉਹੋ ਜਿਹੇ ਅਨੇਕਾਂ ਲੋਕ ਨੇ, ਜੇ ਆਪਾਂ ਨਾਂ ਗਿਣਨ ਲੱਗ ਗਏ ਟਾਈਮ ਲੱਗ ਜਾਣਾ। ਇਹ ਇਹਨਾਂ ਨੇ ਅੱਜ ਵੀ ਜਿਹੜੀ ਬਗਾਵਤ ਕੀਤੀ ਆ, ਇਹ ਬਗਾਵਤ ਐਵੇਂ ਨਹੀਂ ਕਰਤੀ, ਇਹਨਾਂ ਨੇ ਪਿੱਛੇ ਇਹਨਾਂ ਦੀ ਇੱਕ PCA ਦੀ ਕਮੇਟੀ ਕਹਿੰਦੇ ਨੇ, ਇਹ ਉਹ ਜਿਹੜੀ ਫੈਸਲੇ ਲੈਂਦੀ ਹੈ, ਫੈਸਲਾ ਲੈਣ ਵਾਲੀ ਕਮੇਟੀ ਸੁਖਬੀਰ ਬਾਦਲ ਨੇ ਮੀਟਿੰਗ ਬੁਲਾਈ ਪਿਛਲੇ ਦਿਨਾਂ 'ਚ, ਕੱਲ੍ਹ ਦੀ ਗੱਲ ਨਹੀਂ ਹੈ। ਉਹਦੇ 'ਚ ਇਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਇਹਨੂੰ ਘੋਖੋ ਵੀ ਆਪਾਂ ਨੂੰ ਵੋਟਾਂ ਲੋਕ ਕਿਉਂ ਨਹੀਂ ਪਾਉਂਦੇ, ਕਿਉਂ ਸਾਡੇ ਤੋਂ ਨਾਰਾਜ਼ ਆਉਂਦੇ ਨੇ, ਕਿਉਂ ਆਪਣੀ ਇੰਨੀ ਵਾਰੀ ਹਾਰ ਹੋਈ ਜਾ ਰਹੀ ਹੈ। ਉਹ ਗੱਲਾਂ ਕਰਕੇ ਆਏ, ਉੱਥੇ ਕੋਈ ਅਸਤੀਫਾ ਲੈਣ ਦੀ ਨਾ ਉਹਨੂੰ ਪ੍ਰਧਾਨ ਮੰਨਣ ਦੀ ਕੋਈ ਗੱਲ ਨਹੀਂ ਚੱਲੀ, ਜੋ ਮੈਂ ਪੜ੍ਹੀ ਇਹ ਵੀ ਕਹਿ ਰਹੇ ਨੇ ਚੰਦੂ ਮਾਜਰੇ ਹੋਣੀ। ਉਹ ਤੋਂ ਬਾਅਦ ਜਿਹੜਾ ਉੱਥੇ ਪ੍ਰੈਸ ਨੋਟ ਆਉਂਦਾ, ਉਹਦੇ 'ਚ ਕਹਿ ਰਹੇ ਨੇ ਜੀ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਚ ਸਾਰਿਆਂ ਨੇ ਵਿਸ਼ਵਾਸ ਪ੍ਰਗਟ ਕੀਤਾ। ਉੱਥੋਂ ਇਹਨਾਂ ਨੇ ਦੇਖਿਆ ਵੀ ਇਹ ਤਾਂ ਸਾਡੇ ਅੱਖਾਂ 'ਚ ਘੱਟਾ ਪਾਉਂਦਾ ਸੁਖਬੀਰ, ਸਾਡੇ 'ਤੇ ਖਾਮ ਖਾਦਾ ਹੀ ਸਾਡੇ 'ਤੇ ਚੜ੍ਹਿਆ ਫਿਰਦਾ। ਉਹਨਾਂ ਨੇ ਜਿਹੜਾ ਅੱਜ ਕਹਿ ਰਿਹਾ ਦਲਜੀਤ ਚੀਮਾ ਵੀ ਜੀ ਪਾਰਟੀ 'ਚ ਰੱਖਦੇ ਇਹ, ਜਿਹੜੀ ਕੋਈ ਗੱਲ ਸੀ ਪਾਰਟੀ ਤੁਸੀਂ ਰੱਖਣ ਦਿੰਦੇ ਨਹੀਂ, ਤੁਸੀਂ ਤਾਂ ਪ੍ਰੈਸ ਨੋਟ ਹੋਰ ਜਾਰੀ ਕਰੀਆ, ਅੰਦਰ ਗੱਲਾਂ ਕੁਛ ਹੋਰ ਹੁੰਦੀਆਂ ਨੇ। ਉਹਦੇ ਕਰਕੇ ਅੱਜ ਉਹ ਮੈਦਾਨੇ ਜੰਗ 'ਚ ਆਏ ਨੇ, ਮੈਦਾਨ 'ਚ ਆ ਕੇ ਉਹਨਾਂ ਨੇ ਜਿਹੜੀ ਇੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਧੱਕੇ ਸਾਹੀਆਂ ਦੀ ਇੱਕ ਮੋਹਰ ਲਾਤੀ ਸਾਡੀਆਂ ਜਥੇਬੰਦੀਆਂ ਦੇ ਫੈਸਲਿਆਂ 'ਤੇ ਕਿ ਵਾਕਈ ਆ ਜਥੇਬੰਦੀਆਂ ਜਿਹੜੀਆਂ ਰੌਲਾ ਪਾਉਂਦੀਆਂ ਅਤੇ ਤੱਤੀਆਂ ਸੜਕਾਂ 'ਤੇ ਬਹਿੰਦੀਆਂ ਅਤੇ ਮਹਾਂਪੁਰਖਾਂ ਨੂੰ ਲੈ ਕੇ, ਇਹ ਸੱਚੇ ਨੇ ਜੋ ਉੱਥੇ ਹੋਈਆਂ ਬੇਅਦਬੀਆਂ
ਉਹਦੀ ਸਾਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਜਿਹੜਾ ਸੁਖਬੀਰ ਬਾਦਲ ਪਿਛਲੀ ਵਾਰੀ ਇਹਨਾਂ ਨੂੰ ਨਾਲ ਜਾ ਕੇ ਢੌਂਗਰ ਚਾ ਕੇ ਆਇਆ, ਜੇ ਗੁਰੂ ਹਰਗੋਬਿੰਦ ਸਾਹਿਬ ਦੇ ਤਖ਼ਤ 'ਤੇ ਜਾ ਕੇ ਇਮਾਨਦਾਰੀ ਨਾਲ ਇਹਨੇ ਮਾਫ਼ੀ ਨਹੀਂ ਮੰਗੀ ਤਾਂ ਅੱਜ ਦਾ ਰਿਜ਼ਲਟ ਆਇਆ। ਅਗਲਾ ਰਿਜ਼ਲਟ ਵੀ ਤਾਂ ਮਿਲਣਾ ਇਹਨਾਂ ਧੜਿਆਂ ਦੇ ਵਿੱਚੋਂ ਵੀ। ਮੈਂ ਕਿਸੇ ਨੂੰ ਬਰੀ ਨਹੀਂ ਕਰ ਰਿਹਾ, ਉਹਨੇ ਬਰੀ ਹੋਣਾ ਜਿਹੜਾ ਨੰਗੇ ਪੈਰੀਂ ਗੁਰੂ ਹਰਗੋਬਿੰਦ ਸਾਹਿਬ ਦੇ ਸੱਚਖੰਡੀ ਹਰਿਮੰਦਰ ਸਾਹਿਬ 'ਚ ਇਮਾਨਦਾਰੀ ਨਾਲ ਜਾ ਕੇ ਗਲ 'ਚ ਪੱਲੂ ਪਾ ਕੇ ਕਹਿਣਗੇ ਅਸੀਂ ਪਾਪੀ ਬਾਬਾ ਬਖਸ਼ ਲੈ ਤੂੰ ਬਖਸ਼ਣ ਹਾਰ ਹੈ, ਜਿੰਨੀ ਦੇਰ ਇੱਕ ਗੱਲ ਨਹੀਂ ਉੱਥੇ ਜਾ ਕੇ ਅਕਾਲ ਤਖ਼ਤ ਸਾਹਿਬ 'ਤੇ ਬੋਲਦੇ ਉੱਨੀ ਦੇਰ ਇਹਨਾਂ ਦਾ ਖਹਿੜਾ ਨਹੀਂ ਛੁੱਟਣਾ। ਜਿਹੜੀਆਂ ਕਾਰਵਾਈ ਵਾਲੀਆਂ ਗੱਲਾਂ ਕਰ ਰਹੇ ਸੁਖਬੀਰ ਸਿੰਘ, ਮੈਂ ਤਾਂ ਪਹਿਲਾਂ ਕਹਿੰਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਿਆ ਤੁਸੀਂ, ਬਾਦਲ ਦਾ ਟੱਬਰ ਰਹਿ ਗਿਆ, ਬਾਦਲ ਦੇ ਟੱਬਰ ਤੋਂ ਵੀ ਹੁਣ ਤਾਂ ਤੁਸੀਂ ਹੋਰ ਤਰਾਸ ਕੇ ਤੁਹਾਡਾ ਜਮਾਈ ਭਾਈ ਪਹਿਲਾਂ ਕੱਢ ਲਿਆ, ਉਹ ਤੋਂ ਗਾਹਾਂ ਬਿਕਰਮ ਤੇਰੇ ਨਾਲ ਬੈਠਣ ਨੂੰ ਤਿਆਰ ਨਹੀਂ ਤੇਰਾ ਸਾਲਾ, ਹੁਣ ਤਾਂ ਤੁਹਾਡੀ ਇੱਥੇ ਖੜ ਗਈ ਗੱਲ ਵੀ ਸੁਖਬੀਰ ਸਿੰਘ ਤੂੰ ਇਕੱਲੇ ਹੀ ਰਹਿ ਗਿਆ। ਬੀਬਾ ਜੀ ਮੈਂਬਰ ਪਾਰਲੀਮੈਂਟ ਬਣ ਕੇ ਦਿੱਲੀ ਚਲੀ ਗਈ, ਹੁਣ ਤੁਸੀਂ ਨਾ ਮੈਂਬਰ ਪਾਰਲੀਮੈਂਟ ਹੋ ਨਾ MLA ਹੋ, ਤੁਸੀਂ ਪਾਸ਼ਚਾਤਾਪ ਗੁਰੂ ਦੇ ਚਰਨਾਂ 'ਚ ਕੀ ਕਰਨਾ ਸੀ ਤੁਸੀਂ, ਜਿਹੜਾ ਹਾਲੇ ਵੀ ਗਰਦਨ 'ਚੋਂ ਕੀਲਾ ਨਹੀਂ ਕੱਢਦਾ। ਇਹ ਕੌਮ ਨੇ ਪੰਥ ਦਰਦੀਆਂ ਨੇ ਤੇਰਾ ਕੱਢ ਦੇਣਾ ਕੀਲਾ, ਛੱਡਦੇ ਖੈੜਾ ਕੋਈ ਗੱਲ ਨਹੀਂ, ਆਪਾਂ ਉੱਤਰਦੇ ਵੀ ਹੁੰਦੇ ਹਾਂ ਚੜ੍ਹਦੇ ਵੀ ਹੁੰਦੇ ਹਾਂ, ਜੇ ਤੈਨੂੰ ਕੌਮ ਇੰਨਾ ਹੀ ਪਿਆਰ ਕਰੂਗੀ, ਇਹ ਜਿਹੜੇ ਲੀਡਰ ਤੇਰੇ ਨਾਲ ਰਹੇ ਨੇ ਜੇ ਇੰਨਾ ਹੀ ਪਿਆਰ ਕਰਨਗੇ ਸਾਡੀਆਂ ਜਥੇਬੰਦੀਆਂ ਨੇ ਤਾਂ ਤੈਨੂੰ ਪ੍ਰਧਾਨ ਮੰਨਣਾ ਨਹੀਂ, ਇਹ ਤੈਨੂੰ ਫੇਰ ਮੰਨ ਲੈਣਗੇ। ਪਹਿਲਾਂ ਮਰ ਜਾ ਮੈਦਾਨੇ ਜੰਗ 'ਚ ਆ ਕੇ ਤਾਂ ਦੇਖਣਾ ਵੀ ਲੋਕਾਂ ਦੇ ਰਿਜ਼ਲਟ ਕੀ ਹੈ। ਬਿਲਕੁਲ, ਪਰ ਸਹੋਲੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਾਰਜਕਾਰੀ ਕਮੇਟੀ ਆ ਉਹਨਾਂ ਦਾ ਕਹਿਣਾ ਕਿ ਜਿਨ੍ਹਾਂ ਨੇ ਬਗਾਵਤ ਕੀਤੀ ਆ, ਜਿਨ੍ਹਾਂ ਨੇ ਜਲੰਧਰ 'ਚ ਪ੍ਰੈਸ ਕਾਨਫਰੰਸ ਕੀਤੀ ਆ, ਵੀ ਉਹ ਇੱਕ ਅੱਧੀ ਵਾਰ ਤਾਂ ਨਿਕਲੇ ਨੇ ਪਾਰਟੀ 'ਚੋਂ ਸ਼੍ਰੋਮਣੀ ਅਕਾਲੀ ਦਲ ਬਾਹਰ, ਵੀ ਆਪਣੀ ਪਾਰਟੀ ਬਣਾ ਲਈ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੋਵੇ, ਢੀਂਡਸਾ ਪਰਿਵਾਰ ਨੇ ਬਣਾਈ ਸੀ, ਢੀਂਡਸਾ ਗਰੁੱਪ ਨੇ ਬਣਾਈ ਸੀ, ਚਾਹੇ ਹੋਰ ਹੋਣ, ਕਿ ਉਹ ਤਾਂ ਛੋਟੀਆਂ ਛੋਟੀਆਂ ਸ਼੍ਰੋਮਣੀ ਅਕਾਲੀ ਦਲ ਆਪਦੀਆਂ ਬਣਾਈਆਂ, ਉਹਨਾਂ ਨੇ ਫਿਰ ਸਾਡੀ ਪਾਰਟੀ 'ਚ ਸ਼ਾਮਲ ਹੋ ਗਏ, ਕਿ ਅਸਲ ਸ਼੍ਰੋਮਣੀ ਅਕਾਲੀ ਦਲ ਇਹੀ ਆ, ਇਹਦੀ ਕਾਰਜਕਾਰੀ ਕਮੇਟੀ ਦਾ ਜਿਹੜਾ ਵੀ ਹੁਕਮ ਹੋਊਗਾ, ਜੋ ਵੀ ਗੱਲਬਾਤ ਹੋਊ ਉਹੀ ਚੱਲਣੀ ਆ ਜੀ। ਜਿਹੜਾ ਸੁਖਬੀਰ ਨੂੰ ਭੁਲੇਖਾ ਨਾ ਵੀ ਤਖਤਾਂ ਦੇ ਜਥੇਦਾਰ ਮੇਰੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਆ, ਗੁਰੂ ਘਰ ਸਾਡੇ ਕਬਜ਼ੇ 'ਚ ਨੇ, ਜਿਹੜੇ ਭੁਲੇਖੇ 'ਚ ਉਹ ਗੱਲਾਂ ਕਰਦਾ ਅੱਜ ਤੱਕ ਜਿੰਨੇ ਵੀ ਲੀਡਰਾਂ ਨੂੰ ਉਹਨੇ ਬਾਹਰ ਕੱਢਿਆ ਇਸੇ ਭੁਲੇਖੇ 'ਚ ਕੱਢਿਆ, ਵੀ ਸਾਡੇ ਕੋਲ ਤਾਂ ਡਾਰ ਵੱਡੀ ਹੈ, ਇਹ ਡਾਰਾਂ ਨਹੀਂ ਕਦੇ ਰਹਿੰਦੀਆਂ ਹੁੰਦੀਆਂ, ਡਾਰਾਂ ਲਹਿਰਾਂ ਦੇ ਨਾਲ ਇਹ ਤੁਰ ਜਾਇਆ ਕਰਦੀਆਂ ਨੇ, ਉਹ ਡਾਰਾਂ ਤੁਸੀਂ ਇੰਨਾ ਕੁ ਦਾ ਯਾਦ ਕਰ ਲਓ, ਜੇ ਡਾਰਾਂ ਤੁਹਾਡੇ ਨਾਲ ਹੁੰਦੀਆਂ ਤੁਹਾਡੀਆਂ ਜਵਾਨਤਾਂ ਕਿਉਂ ਜ਼ਬਤ ਹੁੰਦੀਆਂ, 10 ਸੀਟਾਂ 'ਤੇ ਜਵਾਨਤਾਂ ਜ਼ਬਤ ਹੋਣੀਆਂ, ਜੇ ਕਦੇ ਸੋਚਣਾ ਹੀ ਨਹੀਂ ਪਏ ਕਿ ਉਹਦਾ ਕੋਈ ਹੱਲ ਨਹੀਂ। ਜਿਹੜੀ ਇਹਨਾਂ ਦੀ PCA ਸੀ ਉਹ ਮੈਨੂੰ ਲੱਗਦਾ 13 ਜਾਂ ਮੈਂ ਨਾ ਗਲਤ ਕਹਿੰਦਾ ਵਾਂ 13 ਜਾਂ 11 ਮੈਂਬਰ ਹੀ ਸੀ ਉਹਨਾਂ 'ਚੋਂ, ਕੱਲ੍ਹ ਉੱਥੇ ਕਿਹੜਾ ਕਿਹੜਾ ਦੇਖਿਆ ਤੁਸੀਂ ਜੀ, ਮੈਂ ਜੋ ਦੇਖਿਆ TV 'ਤੇ ਸਿਰਫ ਇੱਕ ਗਰੇਵਾਲ ਬੈਠਾ, ਦੂਜੇ ਬੰਨੇ ਗਰੇਵਾਲ ਦੇ ਨਾਲ ਜਨਮੇਜਾ ਸਿੱਖੋਂ ਬੈਠਾ, ਉਹਦੇ ਨਾਲ ਦਲਜੀਤ ਚੀਮਾ ਬੈਠਾ, ਇੱਕ ਬਲਟੋਹਾ ਤਾਂ ਦੇਖਿਆ ਨਹੀਂ ਫੋਟੋ 'ਚ, ਦੋ ਤਿੰਨ ਹੋਰ ਲਾ ਲਓ ਫਿਰ ਗਿਣਤੀ, ਇੱਧਰ 50 ਦੀ ਡਾਰ ਸੀ, ਜੇ ਇਕੱਲੇ ਇਕੱਲੇ ਦਾ ਨਾਂ ਲੱਗ ਲੱਗਦੇ ਹੋ ਅੱਧਾ ਘੰਟਾ ਲੱਗਦਾ। ਇਹਦੇ ਕਰਕੇ ਬਾਦਲ ਸਾਹਿਬ ਕਿਰਪਾ ਕਰੋ, ਜ਼ਰੂਰ ਅੰਦਰ ਬਹਿ ਕੇ ਝਾਤੀ ਮਾਰੋ ਵੀ ਕੀ ਮੇਰਾ ਬੇੜਾ ਖਾਲੀ ਹੋ ਗਿਆ ਕਿ ਹਾਲੇ ਵੀ ਭਰਿਆ ਭਰਿਆ ਹੈਗਾ। ਜੇ ਤੁਸੀਂ ਨਾ ਸੋਚਿਆ ਸਾਨੂੰ, ਵੈਸੇ ਤੁਹਾਨੂੰ ਸਲਾਹ ਨਹੀਂ ਦੇਣੀ ਚਾਹੀਦੀ, ਅੱਜ ਤਾਂ ਕਹਿੰਦਾ ਗੁਰੂ ਨੇ ਮਸਾਂ ਕਿਰਪਾ ਕਰੀ ਹੈ ਕਿ ਤੁਹਾਨੂੰ ਝੂਠੇ ਸੌਦੇ ਵਾਲੇ 'ਚੋਂ ਕੱਢ ਕੇ ਲਿਆਂਦਾ ਗੁਰੂ ਨੇ ਤੁਹਾਨੂੰ, ਜੋ ਤੁਸੀਂ ਆਪਣੇ ਗੁਰੂ ਨੂੰ ਪਿੱਠ ਦਿਖਾ ਕੇ ਹੋਰਾਂ ਧਰਮਾਂ ਨੂੰ ਮੰਨ ਕੇ ਉੱਧਰ ਨੂੰ ਤੁਰੇ ਹੋਏ ਸੀ, ਤੁਹਾਨੂੰ ਮੋੜ ਕੇ ਗੁਰੂ ਨੇ ਆਪਣੇ ਚਰਨਾਂ 'ਚ ਲਿਆਂਦਾ, ਜੇ ਇਮਾਨਦਾਰੀ ਨਾਲ ਆ ਕੇ ਬਚ ਜਾਓਗੇ ਨਹੀਂ ਇੱਦੋਂ ਵੀ ਹਾਲਾਤ ਮਾੜੇ ਹੋਣਗੇ। ਮੈਂਬਰ ਪਾਰਲੀਮੈਂਟ ਵੋਟ ਪਰਸੈਂਟੇਜ ਕਿਵੇਂ ਦੇਖਦੇ ਹੋ ਤੁਸੀਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ BJP ਪਹਿਲਾਂ ਇਕੱਠੇ ਲੜਦੇ ਸੀ, ਉਸ ਤੋਂ ਬਾਅਦ ਅਲੱਗ ਅਲੱਗ ਹੋਏ ਨੇ, ਇਸ ਵਾਰ ਜਿਹੜਾ ਵੋਟ ਪਰਸੈਂਟੇਜ ਆ ਉਹਨੂੰ ਕਿਵੇਂ ਦੇਖਦੇ ਹੋ? ਵੋਟ ਪੈਣੀ ਕਿੱਥੋਂ ਸੀ? ਜਿਹੜੇ ਲੋਕ ਵੋਟ ਪਾਉਂਦੇ ਨੇ ਉਹ ਧਰਮੀ ਨੇ, ਉਹ ਸਾਰੇ ਗੁਰੂ ਨੂੰ ਮੰਨਦੇ ਨੇ, ਕਿੰਨੇ ਕਿੰਨੇ ਗੁਰਦੁਆਰੇ ਨੇ ਆਪਣੇ ਪਿੰਡਾਂ 'ਚ ਕਿਸੇ ਧਰਮ ਦਾ ਹੋਵੇ, ਸਾਡੇ ਭਾਈਚਾਰਿਆਂ ਦਾ ਸਾਰੇ, ਜਦੋਂ ਉਹਨਾਂ ਨੇ ਦੇਖਿਆ ਵੀ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਇਹਨਾਂ ਦੇ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਰੋਲਿਆ ਗਿਆ, ਉਹ ਤੋਂ ਬਾਅਦ ਬੇਅਦਬੀਆਂ ਰੁਕ ਨਹੀਂ ਰਹੀਆਂ। ਜੇ ਕੌਮ
ਉਹਦੇ ਵਾਸਤੇ ਅਫਸੋਸ ਕਰਦੀ ਰਹੀ ਤਾਂ ਇਹਨਾਂ ਦੀ ਪੁਲਿਸ ਨੇ ਗੋਲੀਆਂ ਚਲਾ ਕੇ ਸਾਡੇ ਸਿੰਘ ਸ਼ਹੀਦ ਕੀਤੇ। ਉਹ ਗੱਲਾਂ ਸਾਰੀਆਂ ਯਾਦ ਨੇ। ਅੱਜ ਕੱਲ੍ਹ ਆ ਮੀਡੀਆ ਛੱਡਦਾ ਨਹੀਂ ਜੀ, ਜਦੇ ਘੁਮਾ ਘੁਮਾ ਕੇ ਵੋਟਾਂ 'ਚ ਵੀ ਸਾਹਮਣੇ ਲਿਆਉਂਦਾ ਰਿਹਾ। ਉਹ ਚੀਜ਼ਾਂ ਨੂੰ ਮੁੱਖ ਰੱਖ ਕੇ ਵੋਟਾਂ ਦੀ ਪਰਸੈਂਟੇਜ ਤਾਂ ਬਿਲਕੁਲ ਹੀ ਗਿਰ ਗਈ ਹੈ। ਇੱਕ ਦੇਖੋ ਤੁਸੀਂ ਕਿ 2 MLA ਜਿੱਤੇ ਇਹਨਾਂ ਦੇ, ਇੱਕ ਤਾਂ ਇਹਨਾਂ ਦੇ ਘਰੋਂ ਹੀ ਇਹਦੀ ਸਾਲੇਹਾਰ ਹੈ ਗਨੀਬ ਕੌਰ, ਦੂਜੇ ਬੰਨੇ ਉਹ ਸੀ ਉਹ ਮੁੰਡਾ ਦੂਜੇ ਉਹ ਅਯਾਲੀ, ਉਹ ਅਯਾਲੀ ਘਰ ਬਹਿ ਗਿਆ। ਗਨੀਬ ਕੌਰ ਕਿਤੇ ਉਈ ਨਹੀਂ ਵਿਚਾਰੀ ਦਿਖਦੀ, ਉਹ ਇਹਦਾ ਵਿਕਰਮ ਇਹਦੇ ਨਾਲ ਬੈਠਣ ਨੂੰ ਤਿਆਰ ਨਹੀਂ, ਉਹ ਆਪਦੇ ਕੇਸਾਂ 'ਚ ਉਲਝਿਆ ਵਾ। ਪਰ ਜੇ ਅਸੀਂ ਹਾਲੇ ਵੀ ਇੰਨਾ ਸੰਕਟ ਆਉਣ ਤੋਂ ਬਾਅਦ ਹਾਲੇ ਵੀ ਪਤਾ ਨਹੀਂ ਕਿਹੜੀ ਖੁਸ਼ੀ 'ਚ ਤੁਰੇ ਫਿਰਦੇ ਹਾਂ ਵੀ ਅਸੀਂ ਤਾਂ ਬਹੁਤ ਅਮੀਰ ਹਾਂ, ਬਹੁਤ ਵੱਡੇ ਹਾਂ। ਅਮੀਰ ਤਾਂ ਥੋਤੋਂ ਵੀ ਦੁਨੀਆ ਬਹੁਤ ਇਹ ਦੇਸ਼ 'ਚ ਹੋਣੀ ਹੈ। ਜੇ ਧਰਮ ਨੂੰ ਲੈ ਕੇ ਨਾਲ ਚੱਲਣਾ, ਗੁਰੂ ਨੂੰ ਲੈ ਕੇ ਨਾਲ ਚੱਲਣਾ, ਪਾਰਟੀ ਲੈ ਕੇ ਚੱਲੀਆਂ, ਕੌਮ ਲੈ ਕੇ ਚੱਲੀਆਂ, ਫਿਰ ਨਿਮਰਤਾ ਨਾਲ ਜੁੜਦੇ ਹੁੰਦੇ, ਲੋਕ ਅਹੰਕਾਰ ਨਾਲ ਨਹੀਂ ਜੁੜਦੇ। ਠੀਕ ਹੈ, ਨਤੀਜਾ ਕੀ ਲੱਗਦਾ ਤੁਹਾਨੂੰ? ਕਿਉਂਕਿ ਦੂਜੀ ਧਿਰ ਸੀ ਜਿਹੜੀ ਉੱਧਰ ਪ੍ਰੈਸ ਕਾਨਫਰੰਸ ਕੀਤੀ ਆ, ਉਹਨਾਂ ਨੇ ਇੱਕ ਇਹ ਵੀ ਕਿਹਾ ਕਿ 1 ਜੁਲਾਈ ਨੂੰ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਾਂਗੇ, ਉੱਥੇ ਜਾਵਾਂਗੇ ਜੀ, ਅਸਤੀਫਾ ਦੇਣਾ ਚਾਹੀਦਾ ਸੁਖਬੀਰ ਸਿੰਘ ਵੱਲੋਂ। ਰਿਜ਼ਲਟ ਕੀ ਨਿਕਲਣ ਵਾਲਾ ਤੁਹਾਨੂੰ ਕੀ ਲੱਗਦਾ? ਮੈਂ ਕਹਿੰਦਾ ਵੀ ਜਿਹੜੀ ਦੂਜੀ ਧਿਰ ਵੀ ਗਈ ਆ, ਜੇ ਇਮਾਨਦਾਰੀ ਨਾਲ ਉਹਨਾਂ ਨੇ ਅਕਾਲ ਤਖਤ ਸਾਹਿਬ 'ਤੇ ਇਮਾਨਦਾਰੀ ਨਾਲ ਅਰਦਾਸ ਕਰਾਈ ਸਿੰਘ ਸਾਹਿਬ ਨੂੰ, ਮੇਰੀ ਰਾਏ ਆ ਉਹਨਾਂ ਨੂੰ ਕਿ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਾਹੇ ਉਹ ਕਿਸੇ ਦਾ ਬਣਾਇਆ ਹੋਇਆ, ਅਸੀਂ ਤਾਂ ਉਹਨੂੰ ਮੰਨਿਆ ਨਹੀਂ, ਪਰ ਤੁਸੀਂ ਉਹਨੂੰ ਇੱਕ ਲੈਟਰ ਦਿਓ, ਉਹਦੇ 'ਚ ਸਾਰਾ ਕੁਝ ਲਿਖੋ, ਲਿਖਣ ਤੋਂ ਬਾਅਦ ਕਹੋ ਜੀ ਸਾਨੂੰ ਅਕਾਲ ਤਖਤ ਸਾਹਿਬ 'ਤੇ ਬੁਲਾਓ, ਤਾਂ ਕਿ ਅਸੀਂ ਤੁਹਾਨੂੰ ਸਾਰੀ ਅਸਲੀਅਤ ਦੱਸ ਸਕੀਏ। ਜੇ ਉਹਨਾਂ ਨੇ ਵੀ ਪਿੱਛੇ ਜਿਵੇਂ ਸੁਖਵੀਰ ਨੇ ਡਰਾਮਾ ਕਰਿਆ, ਜੇ ਇਹਨਾਂ ਨੇ ਵੀ ਡਰਾਮਾ ਕਰਿਆ, ਗੱਡੀ ਰੁੜਨੀ ਨਹੀਂ ਹੈ ਮੇਰੇ ਕਹਿਣ ਦੀ ਗੱਲ ਨਹੀਂ, ਇਹ ਕੁਰਬਾਨੀਆਂ ਵਾਲੀ ਜਥੇਬੰਦੀ ਹੈ, ਇੱਥੇ ਸਿਰ ਲੱਗੇ ਹੋਏ ਨੇ। ਇਸ ਕਰਕੇ ਜਿਹੜਾ ਕੱਚਾ ਪਿੱਲਾ ਆਊਗਾ ਉਹਨੇ ਝੜ ਜਾਣਾ, ਰਹਿਣਾ ਨਹੀਂ ਹੈ। ਤੁਹਾਨੂੰ ਇੱਕ ਗੱਲ ਮੈਂ ਕਹਿੰਦੇ ਹਾਂ ਕਿ 2 ਸੰਤ ਮਿਲੇ ਕੌਮ ਨੂੰ, ਸੰਤ ਹਰਚੰਦ ਸਿੰਘ ਲੌਂਗੋਵਾਲ ਤੁਹਾਡੇ ਸੰਗਰੂਰ ਜ਼ਿਲ੍ਹੇ ਦਾ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ, ਸੰਤ ਭਿੰਡਰਾਂਵਾਲੇ ਇਹਨਾਂ ਦਾ ਫੋਟੋਆਂ ਵੀ ਲੋਕ ਧੱਕੇ ਨਾਲ ਲਈ ਜਾ ਰਹੇ ਨੇ, ਵਿਖਦੀਆਂ ਨੇ, ਪਰਚੇ ਵੀ ਦਰਜ ਕਰਾਉਂਦੇ ਨੇ ਆਪਦੇ 'ਤੇ, ਪੁਲਿਸ ਕਰਦੀ ਹੈ ਵੀ ਤੂੰ ਸੰਤਾਂ ਦੀ ਫੋਟੋ ਕਿਉਂ ਲਾਈ ਹੈ। ਦੂਜੇ ਵੱਲੇ ਲੌਂਗੋਵਾਲ ਦੀ ਵਿਚਾਰੇ ਦੀ ਮੈਂ ਕਦੇ ਮੜੀ ਵੀ ਨਹੀਂ ਦੇਖੀ ਵੀ ਕੋਈ ਮੜੀ 'ਤੇ ਵੀ ਨਮਸਕਾਰ ਕਰਨ ਜਾਂਦਾ ਹੋਵੇ। ਇਸ ਕਰਕੇ ਇਹ ਵੀ ਰਾਹ ਉਹੀ ਹੈ ਜਿਹੜਾ ਅਸਲੀ ਧਰਮੀ ਬਣ ਕੇ, ਜਿਲ ਕੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਮੇਰੀ ਆਓ, ਉਹ ਰਾਹ 'ਤੇ ਜਿਹੜਾ ਤੁਰੂਗਾ ਉਹਨੂੰ ਗੁਰੂ ਨੇ ਪ੍ਰਵਾਨ ਕਰਨਾ। ਜਿਹੜਾ ਕੱਚਾ ਪਿੱਲਾ ਇਕੱਲਾ ਰਾਜ ਭਾਗ ਦਿੱਲੀ ਦਾ ਦੇਖੂਗਾ ਉਹਨੂੰ ਰੋੜ ਦੇਣਾ। ਬਿਲਕੁਲ, ਜੇ ਕਾਰਜਕਾਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਵੀ ਮੀਟਿੰਗ ਹੋਈ ਆ, ਦਲਜੀਤ ਸਿੰਘ ਚੀਮਾ ਦੇ ਰੁੱਖ ਜਿਹੜੇ ਲੱਗੇ ਉਹ ਵੀ ਤਿੱਖੇ ਲੱਗੇ, ਉਹਨਾਂ ਨੇ ਕਿਹਾ ਕਿ ਜਿਹੜੇ ਮੀਟਿੰਗਾਂ ਐਵੇਂ ਕਰਦੇ ਨੇ ਉਹ ਗੱਲ ਜਾਇਜ਼ ਨਹੀਂ ਹੈਗੀ, ਉਹ ਨਜਾਇਜ਼ ਆ। ਹੋ ਸਕਦਾ ਦਲਜੀਤ ਚੀਮਾ ਕਹਿੰਦਾ ਹੋਵੇ ਹੁਣ ਮੈਂ ਸੀਨੀਅਰ ਬਣ ਗਿਆ ਵੀ ਇਹਨਾਂ ਨੂੰ ਛੇਤੀ ਕੱਢਦੇ ਆ, ਉਹ ਤਾਂ ਫਿਰਦਾ ਚੱਕੀ ਨਾ, ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਫਟਾਫਟ ਸਫਾਈ ਕਰੋ, ਬੜਾ ਰੜਕਾ ਲੈ ਲਓ ਜਿਹੜਾ ਖੜਕ ਹੀ ਫਿਰਦਾ, ਉਹਦਾ ਚੀਮਾ ਉਹਨੇ ਤਾਂ ਬੜਾ ਰੜਕਾ ਚੱਕੀ ਫਿਰਦੇ ਨੇ ਵੀ ਕਿੱਥੇ ਚੰਦੂ ਮਾਜਰੇ ਉਹਨਾਂ ਦਾ ਕੱਦ ਸੀ, ਢੀਂਡਸਿਆਂ ਦਾ ਕੱਦ ਸੀ, ਉੱਥੇ ਚੀਮੇ ਨੂੰ ਲੋਕ PA ਹੀ ਮੰਨਦੇ ਤੇ ਵੀ ਇਹਦਾ ਬੜੇ ਬਾਦਲ ਦਾ PA ਹੈ, ਤਾਂ ਪਤਾ ਹੀ ਲੋਕਾਂ ਨੂੰ ਵੀ ਇਹ ਮੰਤਰੀ ਵੀ ਰਿਹਾ। ਇਸ ਕਰਕੇ PA ਸਾਹਿਬ ਦੀ ਤਰੱਕੀ ਹੋ ਗਈ ਆ, PA ਸਾਹਿਬ ਤੈਨੂੰ ਵਧਾਈ, ਤੈਨੂੰ ਚੰਦੂ ਮਾਜਰੇ ਵਾਲੀ ਢੀਂਡਸੇ ਵਾਲੀ ਕੁਰਸੀ 'ਤੇ ਸੁਖਬੀਰ ਨੇ ਬਰਾਬਰ ਬਿਠਾ ਲਿਆ, ਪਰ ਤੂੰ ਨਾ ਕੌਮ ਦਾ ਬੇੜਾ ਗਰਕ ਕਰ, ਕੌਮ ਵੱਲ ਦੇਖ ਕੌਮ ਕੀ ਚਾਹੁੰਦੀ ਹੈ। ਭਵਿੱਖ ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਦਾ? ਸੋਲੀ ਸਾਹਿਬ ਜੇ ਦੇਖੀਏ, ਕਿਉਂਕਿ ਪਿਛਲੇ ਸਮੇਂ ਤੋਂ ਕਿੰਨੀ ਵੱਡੀ ਪਾਰਟੀ ਸੀ, ਖੇਤਰੀ ਪਾਰਟੀ ਸੀ, ਉਸ ਤੋਂ ਬਾਅਦ 2 ਸੀਟਾਂ 'ਤੇ ਸਿਮਟ ਗਏ ਰਹਿ ਗਏ, ਕੀ ਲੱਗਦਾ ਤੁਹਾਨੂੰ ਭਵਿੱਖ? ਭਵਿੱਖ ਇਹ ਹੈ ਜੇ ਤਾਂ ਅਸੀਂ ਸਹੀ ਲਾਈਨ 'ਤੇ ਮੁੜ ਆਏ, ਜੋ ਸਾਡਾ ਸੰਵਿਧਾਨ ਕਹਿੰਦਾ ਹੈ, ਜੋ ਤੁਸੀਂ ਸ਼ਬਦ ਵਰਤ ਰਹੇ ਹੋ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿ ਉੱਥੇ ਖਾਲਸੇ ਹੋਣ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੇ ਸਾਰੇ ਦਲਾਂ ਦਾ, ਉਹਦਾ ਗਾਤਰਾ ਉੱਪਰ ਦੀ ਹੋਵੇ, ਦਾੜਾ ਪ੍ਰਕਾਸ਼ ਹੋਵੇ, ਨਿਤਨੇਮੀ ਹੋਵੇ, ਜਦੋਂ ਇਹੋ ਜਿਹੇ ਲੋਕ ਅੱਗੇ ਆਉਣਗੇ, ਜ਼ਿਲ੍ਹਿਆਂ ਦੇ ਜਥੇਦਾਰ ਉਹੋ ਜਿਹੇ ਹੋਣਗੇ, ਸਰਕਲ ਜਥੇਦਾਰ ਉਹੋ ਜਿਹੇ ਹੋਣਗੇ, ਫਿਰ ਭਵਿੱਖ ਦੀ ਕਿਹੜੀ ਗੱਲ ਕਰਦੇ ਹੋ? ਜਿਵੇਂ ਪਹਿਲਾਂ ਗੁੰਜਾਂ ਪਾ ਕੇ ਸਰਕਾਰਾਂ ਬਣਾਉਂਦੇ ਰਹੇ ਹਾਂ, ਇਸੇ ਤਰ੍ਹਾਂ ਫੇਰ ਬਣਾਵਾਂਗੇ। ਪਰ ਜਿਹੜਾ ਅੱਜ
ਸਾਨੂੰ ਨੌ ਮਰਾਦ ਬਿਮਾਰੀ ਚਿੰਬੜੀ ਹੋਈ ਹੈ ਕਿ ਗੁਰੂ ਦੀ ਗੱਲੇ ਨਹੀਂ ਕਰ ਰਿਹਾ, ਕੋਈ ਸਿੱਖੀ ਦੀ ਗੱਲੇ ਨਹੀਂ ਕਰ ਰਿਹਾ। ਗਾਤਰੇ ਵਾਲਾ ਤਾਂ ਉਈ ਨਾਰਾਜ਼ਗੀ ਹੁੰਦੀ ਹੈ ਜਿਵੇਂ ਉਹ ਤਾਂ ਸਿਰਫ ਗੁਰੂ ਘਰਾਂ ਤੱਕ ਹੀ ਸੀਮਤ ਰਹਿ ਗਏ ਨੇ। ਜਿੰਨੀ ਦੇਰ ਅਸੀਂ ਇਹ ਕੰਮ ਕਰਾਂਗੇ ਸਾਡੀ ਗੱਡੀ ਰੁੜਨੀ ਨਹੀਂ ਹੈ, ਹੋਰ ਨੁਕਸਾਨ ਹੋਊ। ਚਰਨਜੀਤ ਸਿੰਘ ਬਰਾੜ ਬਿਲਕੁਲ ਨਜ਼ਦੀਕ ਸੀ ਸੁਖਬੀਰ ਸਿੰਘ ਬਾਦਲ ਦੇ, ਸਿਆਸੀ ਸਲਾਹਕਾਰ ਸੀ, ਉਹ ਵੀ ਲਾਈਵ ਹੋਵੇ, ਉਹਨਾਂ ਨੇ ਭੜਾਸ ਵੀ ਕੱਢੀ ਆ ਕਿ ਕਿਵੇਂ ਦੀ ਕਿ ਗੱਲਬਾਤ ਕਿਵੇਂ ਦੀ ਹੈ। ਜਿਹੜੇ ਸਲਾਹਕਾਰ ਨੇ ਉਹ ਮਾੜੇ ਨੇ ਸੁਖਬੀਰ ਸਿੰਘ ਬਾਦਲ ਦੇ, ਇੱਥੋਂ ਤੱਕ ਕਿਹਾ ਕਿ ਜਿਹੜੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਹ ਸਹੀ ਰਿਪੋਰਟ ਨਹੀਂ ਦੇ ਰਹੇ ਉੱਤੇ। ਚਰਨਜੀਤ ਬਰਾੜ ਮੇਰੇ ਨਾਲ ਡਿਬੇਟ 'ਤੇ ਬਹਿੰਦਾ ਰਿਹਾ, ਜਦ ਐਂ ਟੱਪਦਾ ਹੁੰਦਾ ਜਦ ਮੈਂ ਸੱਚੀਆਂ ਗੱਲਾਂ ਕਹਿੰਦਾ ਸੀ। ਹੁਣ ਚਰਨਜੀਤ ਸਿੰਘ ਵਾਰੀ ਆ ਗਈ ਤੇਰੀ, ਅਸੀਂ ਹੁਣ ਵੀ ਤੈਨੂੰ ਕਹਿੰਦੇ ਹਾਂ ਜੇ ਇਮਾਨਦਾਰੀ ਨਾਲ ਪੰਥ ਦਰਦੀ ਬਣਨਾ ਚਾਹੁੰਦਾ ਤਾਂ ਬੱਬਰ ਸ਼ੇਰ ਬਣ ਕੇ ਸੱਚੀ ਗੱਲ ਦੱਸ ਵੀ ਸਰਸੇ ਵਾਲੇ ਦੀ ਵਿਚੋਲਗੀ ਕਿਹਨੇ ਕਰੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਸਰੂਪ ਪਾੜ ਕੇ ਸਿੱਟੇ ਨੇ ਉਹ ਪੋਸਟਰ ਕਿਹਨੇ ਲਵਾਏ, ਜਦੋਂ ਇਹ ਫਿਲਮ ਚਲਾਉਂਦੇ ਤੇ ਸਰਸੇ ਵਾਲਿਆਂ ਦੀ ਪੁਲਿਸ ਕਿਹਦੇ ਹੁਕਮ ਨਾਲ ਲੱਗਦੀ ਰਹੀ। ਉਹ ਆਹ ਕਰ ਖਲਾਸਾ ਐਵੇਂ ਡਿੰਪੀ ਡਿੰਪੀ ਠਿੰਪੀ ਅੱਧੇ ਨੌਂ ਵਾਲਿਆਂ ਨੂੰ ਜਵਾਕਾਂ ਵਾਲੇ ਨੌਂ ਵਾਲਿਆਂ ਨੂੰ ਝਮਲਾਈ ਜਾਂਦਾ, ਇੱਧਰ ਆ ਤੈਨੂੰ ਪੰਥ ਦਰਦੀ ਮੰਨੀ ਹੈ ਹਾਲੇ ਮੈਂ ਨਹੀਂ ਮੰਨਦਾ। ਬਿਲਕੁਲ ਜੀ। ਸੋ ਪਰਮਜੀਤ ਸਿੰਘ ਸਹੌਲੀ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਬਗਾਵਤ ਬਾਰੇ ਗੱਲਬਾਤ ਕੀਤੀ ਆ, ਕਿਉਂਕਿ ਬਗਾਵਤ ਵੱਡੀ ਹੋਈ ਵੀ ਆ ਸ਼੍ਰੋਮਣੀ ਅਕਾਲੀ ਦਲ 'ਚ। ਇੱਕ ਪਾਸੇ ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਉਹ ਗਰੁੱਪ ਖੜ੍ਹਾ ਹੋ ਗਿਆ, ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਕਾਰਜਕਾਰੀ ਕਮੇਟੀ, ਅਤੇ ਲਗਾਤਾਰ ਮੀਟਿੰਗਾਂ ਜਾਰੀ ਨੇ। ਅਤੇ ਪਰਮਜੀਤ ਸਿੰਘ ਸਹੌਲੀ ਦਾ ਇਹ ਵੀ ਕਹਿਣਾ ਕਿ ਇੱਕ ਪੰਥਕ ਪਾਰਟੀ ਆ, ਪੁਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਇਹ ਸਹੀ ਦਿਸ਼ਾ ਨਿਰਦੇਸ਼ਾਂ 'ਤੇ ਜੇ ਚੱਲੇਗੀ ਤਾਂ ਕਾਮਯਾਬ ਹੋਵੇਗੀ। ਪਰ ਜੋ ਵੀ ਸਮਾਂ ਚੱਲ ਰਿਹਾ ਇਸ ਸਮੇਂ 'ਤੇ ਇਕੱਠੇ ਹੋਣ ਦੀ ਜ਼ਰੂਰਤ ਆ, ਇੱਥੋਂ ਤੱਕ ਇਹਨਾਂ ਕਿਹਾ। ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ, ਸੈਂਟਰਲ ਪੰਜਾਬ ਟੀਵੀ।